ਸਤਿ ਸ਼੍ਰੀ ਅਕਾਲ ਬਾਈ ਜੀ, ਅੱਜ ਆਪਾਂ ਪਹੁੰਚੇ ਹਾਂ ਪਿੰਡ ਰੁਖਾਲਾ। ਬਾਈ ਜੀ, ਆਪਾਂ ਬੱਕਰਿਆਂ ਦੀ ਮੰਡੀ ਦੇ ਉੱਪਰ, ਇੱਥੇ ਬਾਈ ਜਿਹੜਾ ਕੰਪੀਟੀਸ਼ਨ ਹੋਣ ਜਾ ਰਿਹਾ ਹੈਗਾ, ਬੱਕਰਿਆਂ ਦੇ ਯਾਨੀ ਕਿ ਮੁਕਾਬਲੇ ਹੋਣ ਜਾ ਰਹੇ ਹੈਗੇ। ਆਪਣੇ ਨਾਲ ਬਾਈ ਰਾਮ ਜੀ ਹੈਗੇ, ਕਮੇਟੀ ਵਾਲੇ ਮੈਂਬਰ ਜੀ, ਅਤੇ ਆਪਾਂ ਨੂੰ ਇਹ ਦੱਸਣਗੇ ਸਾਰੀ ਜਾਣਕਾਰੀ ਵੀ ਬੱਕਰੀਆਂ ਦੇ ਕਿਹੜੇ ਕਿਹੜੇ ਪ੍ਰਾਈਜ਼ ਹੈ, ਅਤੇ ਲੋਕੇਸ਼ਨ ਵੀ ਦੱਸਣਗੇ, ਅਤੇ ਬਾਕੀ ਆਪਾਂ ਨੂੰ ਜੋ ਜਾਣਕਾਰੀ ਹੈਗੀ ਦੇਣਗੇ ਬਾਈ ਜੀ। ਹਾਂਜੀ, ਦੱਸੋ ਬਾਈ ਜੀ। ਬਾਈ ਜੀ, ਸਤਿ ਸ਼੍ਰੀ ਅਕਾਲ ਤੁਹਾਡੀ ਟੀਮ ਨੂੰ, ਜੀ ਐਂ ਕਹਿੰਦੇ ਹਾਂ, ਸਾਰੇ ਬੱਕਰੀ ਪਾਲਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਬਾਈ ਜੀ, ਜੋ ਬੱਕਰੀ ਮੇਲਾ ਪਿੰਡ ਰੁਖਾਲਾ ਵਿਖੇ ਹੋਣ ਜਾ ਰਿਹਾ, ਉਹ ਮੇਲੇ ਬਾਰੇ ਅਸੀਂ ਵਿਸਤਾਰ ਨਾਲ ਦੱਸ ਦਿੰਦੇ ਹਾਂ। 2 ਅਤੇ 4 ਦੰਦ ਦੇ ਇਕੱਠੇ ਮੁਕਾਬਲੇ, ਬਰਬਰੇ ਅਤੇ ਬੱਕਰੀਆਂ ਦੇ ਮੁਕਾਬਲੇ, 6 ਅਤੇ 8 ਦੰਦ ਦੇ ਇਕੱਠੇ, ਇਹ ਇੱਕੋ ਰਿੰਗ ਦੇ ਵਿੱਚ ਹੋਣਗੇ, ਇਹਨਾਂ ਦਾ ਵੀ ਰਿੰਗ ਹੋਊਗਾ। ਆਹ ਬੀਟਲ ਬੱਕਰੇ ਬੱਕਰੀਆਂ ਦਾ ਮੁਕਾਬਲਾ ਸੇਮ ਹੀ ਹੋਊਗਾ। ਪਹਿਲੇ ਨੰਬਰ 'ਤੇ ਆਉਣ ਵਾਲੇ ਨੂੰ ਗੀਜਰ ਸਮੇਤ ਕੱਪ, ਦੂਜੇ ਨਾਮ ਉਹਨਾਂ ਨੂੰ 4 ਕੁਰਸੀਆਂ ਮੇਚ ਸਮੇਤ ਕੱਪ, ਤੀਜੇ ਨੰਬਰ ਆਉਣ ਵਾਲੇ ਨੂੰ ਫਰਾਟਾ ਪੱਖਾ ਸਮੇਤ ਕੱਪ, ਸੇਮ ਹੀ ਬੀਟਲ ਬੱਕਰੇ ਬੱਕਰੀਆਂ ਦਾ ਹੋਊਗਾ। ਅਤੇ ਸੋ ਟੋਟਲ 6 ਗੀਜਰ ਬਣਦੇ ਆ, 6 ਕੁਰਸੀਆਂ ਦੇ ਸੈੱਟ ਬਣਦੇ ਆ, 6 ਫਰਾਟੇ ਬਣਦੇ ਆ, ਇਸੇ ਤਰ੍ਹਾਂ ਉੱਧਰ ਬਣਦਾ। ਜੇ ਆਪਾਂ ਅੱਗੇ ਗੱਲ ਕਰਦੇ ਹਾਂ, ਮਿਤੀ 12/10/2022 ਦਿਨ ਬੁੱਧਵਾਰ ਪਿੰਡ ਰੁਖਾਲਾ ਵਿਖੇ ਮੇਲਾ ਕਰਾਇਆ ਜਾ ਰਿਹਾ। ਸੋ ਬਾਈ ਜੀ, ਜਿਹੜਾ ਇਹਨਾਂ ਦੇ ਵਿੱਚ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ, PGA ਵੱਲੋਂ ਪ੍ਰਮਾਣਿਤ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਊਗਾ। ਜੋ ਵੀ ਪਹਿਲੇ ਨੰਬਰ 2, 3 'ਤੇ ਆਉਣਗੇ, ਉਹਨਾਂ ਨੂੰ ਬਕਾਇਦਾ ਸਰਟੀਫਿਕੇਟ ਦਿੱਤੇ ਜਾਣਗੇ। ਇਹ ਜਿਹੜਾ ਵਿਸ਼ੇਸ਼ ਸਹਿਯੋਗ ਹੈ, ਫੁੱਲੇਵਾਲ ਬੱਕਰਾ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ। ਅਤੇ ਜਿਹੜੇ ਮੇਲੇ ਦੇ ਬੱਕਰੇ ਬੱਕਰੀਆਂ ਦਾ ਖਰੀਦ ਵੇਚ ਵੀ ਇਸ ਦਿਨ ਮੇਲੇ ਦਿਨ ਚੱਲੂਗੀ। ਅਤੇ ਜਿਹੜਾ ਮੇਲੇ ਦਾ ਆਪਣਾ ਸਾਰੀ ਅਰੇਂਜਮੈਂਟ ਆ, ਉਹ ਤਜਰਬੇਕਾਰ ਜੱਜਾਂ ਦੁਆਰਾ ਰਿਜ਼ਲਟ ਦਿੱਤੇ ਜਾਣਗੇ। ਜੋ ਰਿਜ਼ਲਟ ਦਿੱਤੇ ਜਾਣਗੇ, ਉਹ ਕਮੇਟੀ ਦਾ ਫੈਸਲਾ ਹੋਊਗਾ। ਸਾਡਾ ਰੁਖਾਲਾ ਬੱਕਰਾ ਮੰਡੀ ਦਾ ਕਮੇਟੀ ਦਾ ਕੋਈ ਉਹਦੇ ਵਿੱਚ ਫੈਸਲਾ ਨਹੀਂ ਹੋਊਗਾ, ਠੀਕ ਹੈ ਜੀ। ਦੂਜੇ ਨੰਬਰ, ਜੋ ਜੱਜਮੈਂਟ ਅਧਿਕਾਰੀਆਂ ਦਾ ਫੈਸਲਾ ਹੋਊਗਾ, ਉਹ ਅੰਤਮ ਫੈਸਲਾ ਹੋਊਗਾ। ਉਹਦੇ ਵਿੱਚ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਹੋਊਗਾ, ਉਹਨਾਂ ਦਾ ਆਪਣਾ ਫੈਸਲਾ ਸੱਤ ਕਰਕੇ ਮੰਨਣਾ ਪਊਗਾ, ਠੀਕ ਹੈ ਜੀ। ਤੀਜੇ ਨੰਬਰ 'ਤੇ ਐਂਟਰੀ ਫੀਸ ਹੈ 300 ਰੁਪਇਆ, ਅੰਤਮ ਸਮਾਂ 11 ਵਜੇ ਤੱਕ ਹੋਊਗਾ। ਜਿਹੜਾ ਮਾਲ ਨੇ ਐਂਟਰ ਹੋਣਾ, ਉਹ 11 ਵਜੇ ਤੋਂ ਪਹਿਲਾਂ ਹੋ ਜੇ, 300 ਰੁਪਇਆ ਜਮ੍ਹਾਂ ਇੱਕ ਨਗਦਾ 300 ਰੁਪਇਆ, ਜਿੰਨੇ ਐਂਟਰ ਕਰਨੇ ਆ ਉਨਾ ਹੀ ਕਰ ਸਕਦੇ, 300 ਰੁਪਇਆ ਇੱਕ ਨਗਦਾ ਲੱਗੂਗਾ। ਹਾਂਜੀ ਹਾਂਜੀ। ਅਤੇ ਦੂਜੇ ਨੰਬਰ 'ਤੇ ਇੱਕ ਜਾਣਾ ਭਾਵੇਂ 2, 4, 5 ਨਾਗ ਜਿੰਨੇ ਮਰਜ਼ੀ ਐਂਟਰੀ ਕਰਵਾ ਸਕਦਾ, ਖੁੱਲ੍ਹਾ ਸੱਦਾ ਸਾਰਿਆਂ ਵਾਸਤੇ। ਅਤੇ ਗੁਰੂ ਕਾ ਅਤੁੱਟ ਲੰਗਰ ਵਰਤੇਗਾ, ਇਹ ਆਪਣੀ ਹਰੇਕ ਮੰਡੀ 'ਤੇ ਵੀ ਚੱਲਦਾ, ਮੇਲੇ 'ਤੇ ਚੱਲੂਗਾ, ਉਦੋਂ ਵਧੀਆ ਪ੍ਰੋਗਰਾਮ ਚੱਲੂਗਾ। ਅਤੇ ਹੋਰ ਬਾਈ, ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ, ਥੱਲੇ ਪੋਸਟ ਦੇ ਉੱਤੇ ਨੰਬਰ ਲਿਖਿਆ ਸਾਰੇ ਆਹ ਬਾਈਆਂ ਦੇ, ਅਤੇ ਜਿਹੜੇ ਆਪਣੇ ਚੈਨਲ ਪਹੁੰਚ ਰਹੇ ਆ ਮੇਲੇ ਦੇ ਵਿੱਚ, ਉਹ ਸਾਰਿਆਂ ਦਾ ਲੋਗੋ ਦਿੱਤੇ ਹੋਏ ਆ ਇਹਨਾਂ ਦਾ, ਇਹਨਾਂ ਦੀਆਂ ਸਕੈਨ ਕਰਕੇ ਇਹਨਾਂ ਦੀ ਵੀਡੀਓ ਤੁਸੀਂ ਜਦੋਂ ਮਰਜ਼ੀ ਵੇਖ ਸਕਦੇ ਹੋ। ਮੇਲੇ ਬਾਰੇ ਹੋਰ ਕਿਸੇ ਭਰਾ ਨੇ ਜਾਣਕਾਰੀ ਲੈਣੀ ਹੋਵੇ, ਜਦੋਂ ਮਰਜ਼ੀ ਸਾਨੂੰ ਫੋਨ ਕਰ ਸਕਦਾ। ਪਿੰਡ ਰੁਖਾਲਾ, ਜ਼ਿਲ੍ਹਾ ਮੁਕਤਸਰ, 12 ਤਰੀਕ ਨੂੰ ਮੇਲਾ ਬਹੁਤ ਵਧੀਆ ਮਹਾਂ ਮੁਕਾਬਲੇ ਹੋਣ ਜਾ ਰਹੇ ਆ, ਜਿਵੇਂ ਆਪਾਂ ਕਹਿ ਦਿੰਦੇ ਕੁੰਡੀਆਂ ਦੇ ਸਿੰਘ ਫਸਨੇ ਆ 12 ਤਰੀਕ ਨੂੰ, ਕੋਈ ਨਿੱਤਰੂ ਬਣੇ ਵੇ ਖਾਣੇ। ਬਾਈ ਜੀ, ਕੁਛ ਦਰਸ਼ਕਾਂ ਦੇ ਜਿਹੜੇ ਸਵਾਲ ਆ ਰਹੇ ਹੈਗੇ ਆਪਣੇ ਚੈਨਲ ਦੇ ਉੱਤੇ ਵੀ, ਬਾਕੀ ਚੈਨਲਾਂ ਦੇ ਉੱਤੇ ਵੀ ਆ ਰਹੇ ਹੈਗੇ, ਗਰੁੱਪਾਂ ਦੇ ਵਿੱਚ ਵੀ ਆ ਰਹੇ ਹੈਗੇ, ਵੀ ਐਂਟਰੀ ਦਾ ਸਮਾਂ ਜਿਹੜਾ ਹੈਗਾ ਗਾ ਉਹ ਕਿੰਨੇ ਵਜੇ ਐਂਟਰੀ ਸਟਾਰਟ ਹੋਊਗੀ, ਅਤੇ ਅੰਤਮ ਸਮਾਂ ਉਹਦਾ ਕਿੰਨਾ ਹੋਊਗਾ, ਦੱਸੋ ਬਾਈ ਜੀ ਆਪਣਾ, ਵੀ ਜਿਹੜਾ ਐਂਟਰੀ ਆਪਾਂ ਕਦੋਂ ਤੋਂ ਸਟਾਰਟ ਕਰਾਂਗੇ ਉਸ ਦਿਨ? ਇਹ ਬਾਈ ਜੀ, ਐਂਟਰੀ ਸੁਬਹਾ 8 ਵਜੇ ਸਟਾਰਟ ਹੋ ਜੂਗੀ, ਠੀਕ ਹੈ ਜੀ। ਅਤੇ 11 ਵਜੇ ਤੱਕ ਐਂਟਰੀ ਮਤਲਬ ਹੋਊਗੀ, ਜਿਹੜੇ ਨਗਾਂ ਨੇ ਮਤਲਬ ਹਿੱਸਾ ਲੈਣਾ, ਉਹ 11 ਵਜੇ ਤੱਕ ਐਂਟਰ ਹੋਣਗੇ। ਅਸੀਂ ਬੇਨਤੀ ਕਰਦੇ ਹਾਂ ਵੀ 8 ਤੋਂ ਲੈ ਕੇ 11 ਤੋਂ ਪਹਿਲਾਂ ਆ ਕੇ ਆਪਣਾ ਐਂਟਰੀ ਕਰਵਾ ਲੈਣ ਸਾਰੇ ਭਰਾਵਾਂ ਨੂੰ ਬੇਨਤੀ ਹੈ। ਤੇ ਜਨਤਾ ਦਾ ਵੀ ਜਿਹੜਾ ਹੁਣ 3 ਪ੍ਰਾਈਜ਼ ਤਾਂ ਜਿਹੜੇ ਦਿੱਤੇ ਜਾਣਗੇ ਜਾਣਗੇ, ਤੇ ਇੱਕ ਜਿਹੜਾ ਚੌਥਾ ਨਾਗ ਜਿਹੜਾ ਜੀ ਥੋੜਾ ਮੋਟਾ ਫਰਕ ਦੇ ਨਾਲ, ਮੰਨ ਲਓ ਬੱਕਰੀਆਂ ਦਾ 19-21 ਹੋ ਜਾਂਦਾ ਕਈ ਵਾਰੀ, ਵੀ ਚੌਥੇ ਵਾਸਤੇ ਤੁਸੀਂ ਸੋਚਿਆ ਵੀ ਚੌਥਾ ਪ੍ਰਾਈਜ਼ ਆਪਾਂ ਦੇਣਾ ਗਾ ਵੀ, ਜਾਂ ਇਸ ਬਾਰੇ ਕੀ ਸੋਚਿਆ ਤੁਸੀਂ? ਉਹ ਤੁਹਾਡਾ ਬਾਈ ਜੀ ਸਵਾਲ ਬਹੁਤ ਵਧੀਆ, ਉਹ ਵੀ ਅਸੀਂ ਇਹ ਸੋਚਿਆ ਵੀ ਜੇ ਕੋਈ ਮਾੜਾ ਜਿਹਾ ਫਰਕ ਨਾਲ 19-21 ਨਾਲ ਨਿਕਲਦਾ ਚੌਥਾ ਨੰਬਰ, ਠੀਕ ਹੈ, ਚੌਥੇ ਨੰਬਰ 'ਤੇ ਆਉਂਦਾ ਉਹ ਨਾਗ, ਤਾਂ ਅਸੀਂ ਉਹ ਨਾਗ ਵੀ ਰਿਕਵਰ ਕਰਾਂਗੇ। ਠੀਕ, ਉਹਨੂੰ ਜਾਣੀ ਕਿ ਜਿੰਨਾ ਕੁ ਆਪਦਾ ਐਂਟਰੀ ਦੀ ਫੀਸ ਭਰਦਾ ਨਾ, ਉਹਨਾਂ ਕੋਲ ਉਹਦਾ ਮਾਣ ਸਨਮਾਨ ਅਸੀਂ ਜ਼ਰੂਰ ਕਰਾਂਗੇ, ਜਿਵੇਂ ਆਪਾਂ ਕੋਈ ਸ਼ੀਲਡ ਵਗੈਰਾ ਉਹਨੂੰ ਵੀ ਦੇਵਾਂਗੇ, ਉਹਨੂੰ ਵੀ ਸਨਮਾਨਿਤ ਕਰਾਂਗੇ, ਚੌਥੇ ਨਗ ਤਾਂ ਹੀ ਵੀ ਰਿਕਵਰ ਕਰਾਂਗੇ ਅਸੀਂ। ਠੀਕ ਹੈ, ਤੁਸੀਂ ਆਪਣੇ ਦਰਸ਼ਕਾਂ ਨੂੰ ਜੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਇੱਥੇ ਪਹੁੰਚ ਰਹੇ ਹੈਗੇ ਕੰਪੀਟੀਸ਼ਨ ਦੇ ਵਿੱਚ? ਉਹਨਾਂ ਨੂੰ ਬਾਈ ਜੀ ਸੁਨੇਹਾ ਸਾਡਾ ਇਹੀ ਹੈ ਵੀ ਜਿਹੜਾ ਆਹ ਬੱਕਰੀ ਮੁਕਾਬਲਾ ਮੇਲਾ ਪਿੰਡ ਰੁਖਾਲੇ ਹੋਣ ਜਾ ਰਿਹਾ, ਹਾਂਜੀ, ਇਹਦੇ ਵਿੱਚ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਵੀ ਸਾਰੇ ਇਹਦੇ ਵਿੱਚ ਹਿੱਸਾ ਲਓ, ਹਾਂਜੀ, ਕਿਸੇ ਤੋਂ ਕੋਈ ਘੱਟ ਨਹੀਂ ਗਾ, ਹਾਂਜੀ ਹਾਂਜੀ। ਜੇ ਆਪਾਂ ਕਹਿ ਦਈਏ ਵੀ ਮੇਰਾ ਨਾਗ ਨਹੀਂ ਆਉਣਾ ਉੱਥੇ, ਜਾਂ ਫਲਾਣੇ ਦਾ ਨਾਗ ਆਊਗਾ,
ਇਹ ਕਦੇ ਵਾਸਤੇ ਸੋਚਣਾ ਰੱਖੋ। ਇਹ ਸੋਚ ਕੇ ਚੱਲੋ ਵੀ ਮੇਰਾ ਨਗ ਤਾਂ ਪਹਿਲੇ ਨੰਬਰ ਤੇ ਆਊਗਾ। ਦੂਜੇ ਨੰਬਰ ਤੇ ਬਾਈ ਜੀ ਕਈ ਗੱਲਾਂ ਬਣ ਜਾਂਦੀਆਂ, ਆਪਾਂ ਵਿਸਤਾਰ ਨਾਲ ਸਮਝਾ ਦਿੰਦੇ ਹਾਂ ਵੀ ਆਪਣਾ ਇਹ ਛੋਟਾ ਜਿਹਾ ਗੀਜਰ ਆ, ਕੁਰਸੀਆਂ ਹੈਗੀਆਂ, ਹਨਾ, ਇਹ ਚੀਜ਼ਾਂ ਫਰਾਟੇ ਪੱਖੇ ਆ, ਇਹ ਆਮ ਹੀ ਹਰੇਕ ਘਰਾਂ ਦੇ ਵਿੱਚ ਹੀ ਪਾਈ ਆ, ਇਹ ਕੋਈ ਨਵੀਂ ਚੀਜ਼ ਨੀ ਆਪਾਂ ਦੇਣ ਜਾ ਰਹੇ ਵੀ ਇਕੱਲੇ ਰਖਾਲੇ ਵਾਲੀ ਦੇਣ ਜਾ ਰਹੇ, ਪਹਿਲਾਂ ਕੁਛ ਨੀ ਦਿੱਤਾ ਨੀ। ਸਹੀ ਗੱਲ ਹੈ, ਕੋਈ ਇਹਨਾਂ ਮਾਰੇ ਚੀਜ਼ਾਂ ਮਾਰੇ ਬੰਦੇ ਨੇ ਹਿੱਸਾ ਨੀ ਲੈਣਾ। ਜੇ ਤਾਂ ਆਪਾਂ ਇਹ ਚੀਜ਼ ਨੂੰ ਉੱਪਰ ਨੂੰ ਲੈ ਕੇ ਜਾਣਾ, ਬੱਕਰੀ ਪਾਲਕ ਧੰਦੇ ਨੂੰ ਤਾਂ ਨੂੰ ਲੈ ਕੇ ਜਾਣਾ, ਨਸਲ ਸੁਧਾਰ ਦਾ ਮੁਕਾਬਲਾ ਕਰਨਾ, ਫਿਰ ਤਾਂ ਇਹ ਚੀਜ਼ਾਂ, ਇਹ ਚੀਜ਼ ਮੂਹਰੇ ਕੁਛ ਚੀਜ਼ ਵੀ ਨਹੀਂ। ਸਹੀ ਗੱਲ ਹੈ, ਇਹ ਚੀਜ਼ਾਂ, ਇਹ ਚੀਜ਼ ਦਾ ਇੰਨਾ ਬੈਨੀਫਿਟ ਨਹੀਂ ਰੱਖਦੇ। ਹਾਂਜੀ ਹਾਂਜੀ ਹਾਂਜੀ, ਆਪਾਂ ਤਾਂ ਕੈਂ ਚੱਲੇ ਹਾਂ ਵੀ ਅਸੀਂ ਇੱਕ ਮੁਕਾਬਲਾ ਕਰਨ ਚੱਲੇ ਹਾਂ ਵੀ ਉੱਥੇ ਹਿੱਸਾ ਲੈਣ ਚੱਲੇ ਹਾਂ ਵੀ ਸਾਡਾ ਵੀ ਉੱਥੇ 400-500 ਬੰਦੇ ਦੇ ਵਿੱਚ ਨਾ ਆਵੇ, ਨਾ ਆਵੇ। ਹਾਂਜੀ ਹਾਂ, ਸਾਰਿਆਂ ਦੇ ਘਰੇ ਮਹਾਰਾਜ ਤਾਂ ਬਹੁਤ ਕੁਛ ਆ ਸਾਰਿਆਂ ਦੇ ਘਰੇ। ਸਹੀ ਗੱਲ, ਇਹ ਤਾਂ ਇੱਕ ਜੀ ਮਾਣ ਸਨਮਾਨ ਆ, ਜਿਵੇਂ ਆਪਾਂ ਕਿਸੇ ਭਰਾ ਨੂੰ ਕਹਿ ਦਿੰਦੇ ਹਾਂ ਯਾਰ ਤੂੰ ਫਲਾਨਾ ਪਹਿਲੇ ਨੰਬਰ 'ਤੇ ਆ ਗਿਆ, ਉਹਦਾ ਮਾਣ ਉੱਚਾ ਹੋ ਜਾਂਦਾ। ਹਾਂਜੀ ਹਾਂਜੀ, ਸਹੀ ਗੱਲ, ਬਸ ਉਹ ਚੀਜ਼ਾਂ ਇੱਕ ਹੌਸਲਾ ਅਫਜਾਈ ਵਾਸਤੇ ਆ, ਹੋਰ ਕਿਸੇ ਨੂੰ ਕੋਈ ਨਹੀਂ ਦੇ ਸਕਦਾ ਹੈਗਾ। ਹਾਂਜੀ, ਅਤੇ ਬਾਈ ਜੀ ਮੈਂ ਇੱਕ ਹੋਰ ਅਪੀਲ ਕਰਦਾ ਵੀ ਜਦੋਂ ਵੀ ਤੁਸੀਂ 12 ਤਰੀਕ ਨੂੰ ਪਿੰਡ ਰਖਾਲੀ ਹਿੱਸਾ ਲੈਣ ਆਉਂਗੇ, ਕਦੇ ਇਹ ਨਹੀਂ ਸੋਚਣਾ ਗਾ ਵੀ ਮੇਰਾ ਨੰਬਰ ਨਹੀਂ ਆਉਣਾ ਹੋਗਾ ਉੱਥੇ, ਹੋ ਸਕਦਾ ਤੁਸੀਂ ਪਹਿਲੇ ਨੰਬਰ ਵਾਲੀ ਹੋਵੋ। ਸਹੀ ਗੱਲ ਹੈ, ਹੋ ਸਕਦਾ ਤੁਸੀਂ ਪਹਿਲੇ ਨੰਬਰ 'ਤੇ ਆਵੇ ਹੋ, ਪਹਿਲੇ ਨਾ ਦੂਜੇ ਤਾਂ ਆਉਂਗੀ, ਇਹ ਸੋਚ ਚੱਲ ਕੇ ਆਉਣਾ ਵੀ ਅਸੀਂ ਪਹਿਲੇ ਨੰਬਰ ਵਾਲੇ ਹਾਂ, ਪੋਜ਼ੀਟਿਵ ਹੀ ਸੋਚ ਰੱਖ ਕੇ ਆਉਣਾ, ਵਧੀਆ ਆਪਦੀ ਤਿਆਰੀ ਕਰਕੇ ਮਨ ਦੇ ਵਿੱਚੋਂ ਦਿਲੋਂ ਭੈ ਕੱਢ ਕੇ ਰੋਟੀ ਦਾ ਚਾਹ ਦਾ ਲੰਗਰ ਉਹ ਸਾਡਾ ਕੰਮ ਆ ਸਾਰਾ ਕਰਨ ਦਾ, ਤੁਸੀਂ ਆਪਦਾ ਇਸ ਤਰ੍ਹਾਂ ਆਇਓ ਕਰੋ ਜਿਵੇਂ ਅਸੀਂ ਵਿਆਹ 'ਤੇ ਚੱਲੇ ਹੁੰਦੇ ਹਾਂ। ਸਹੀ ਗੱਲ ਹੈ, ਆਹ ਸੋਚ ਲੈ ਕੇ ਆਉਣੀ ਹੈ, ਇਹ ਆਪਾਂ ਫਿਰ ਹੀ ਆਪਾਂ ਨੂੰ ਧੰਦੇ ਉੱਤੇ ਲੈ ਕੇ ਜਾਣੇ ਪੈਣਗੇ। ਜੀ, ਲੋਕੇਸ਼ਨ ਬਾਰੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਇੱਕ ਤਾਂ ਗੂਗਲ ਮੈਪ ਦੇ ਉੱਤੇ ਬਾਈ ਜੀ ਤੁਸੀਂ ਸਰਚ ਮਾਰ ਸਕਦੇ ਹੋ ਪਿੰਡ ਰੁਖਾਲਾ ਦੇ, ਜਿਹੜਾ ਕਿ ਰੁਖਾਲਾ ਮੰਡੀ ਉਹ ਵੀ ਸ਼ੋਅ ਹੋ ਰਿਹਾ ਹੈਗਾ, ਜਿਹੜੀ ਬੱਕਰਾ ਮੰਡੀ ਲੱਗ ਰਹੀ ਹੈ, ਇੱਕ ਗੋਟ ਫਾਰਮਿੰਗ, ਇਹ ਦੋ ਲੋਕੇਸ਼ਨਾਂ ਜਿਹੜੀਆਂ ਹੈਗਾ ਰੁਖਾਲਾ ਦੇ ਵਿੱਚ ਆਪਣੇ ਗੂਗਲ ਮੈਪ ਦੇ ਉੱਤੇ ਸ਼ੋਅ ਹੋ ਰਹੀਆਂ ਗਾ। ਬਾਕੀ ਜਿਹੜੀ ਹੈਗੀ ਪੰਜਾਬੀ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਉਹ ਆਪਾਂ ਨੂੰ ਦੱਸ ਦੇਣਗੇ। ਰਾਮ ਜੀ ਦੱਸੋ ਜੀ, ਇਹ ਪਿੰਡ ਮੈਂ ਮੋਟੇ ਮੋਟੇ ਬਾਈ ਸ਼ਹਿਰਾਂ ਦੇ ਨਾਂ ਦੱਸ ਦਿੰਦਾ, ਜਿਵੇਂ ਆਪਾਂ ਬਠਿੰਡੇ ਦੀ ਪਹਿਲਾਂ ਗੱਲ ਕਰਦੇ ਹਾਂ, ਬਠਿੰਡੇ ਤੋਂ ਹੈਗਾ ਪਿੰਡ ਰੁਖਾਲਾ 28-30 ਕਿਲੋਮੀਟਰ, ਠੀਕ ਹੈ ਜੀ। ਉਦੋਂ ਬਾਅਦ ਮੁਕਤਸਰ ਆ, ਹਾਂਜੀ, ਮੁਕਤਸਰ ਤੋਂ 24-25 ਕਿਲੋਮੀਟਰ, ਠੀਕ ਹੈ। ਮਲੋਟ ਆ, ਮਲੋਟ ਤੋਂ 17-18 ਕਿਲੋਮੀਟਰ ਹੈ, ਠੀਕ ਹੈ। ਗਿੱਦੜਵੇ ਤੋਂ ਤਕਰੀਬਨ ਹੀ ਲੋਕਲ ਆ 10 ਕਿਲੋਮੀਟਰ। ਇਹਨਾਂ ਦੇ ਵਿਚਾਲੇ ਰਹਿ ਜਾਂਦਾ ਪਿੰਡ ਰੁਖਾਲਾ, ਪਿੰਡ ਰੁਖਾਲਾ ਜ਼ਿਲ੍ਹਾ ਮੁਕਤਸਰ 'ਚ ਪੈਂਦਾ ਹੈ, ਠੀਕ ਹੈ। ਹਲਕਾ ਗਿੱਦੜਵਾ ਪੈਂਦਾ ਨੂੰ, ਠੀਕ ਹੈ। ਠੀਕ ਹੈ ਬਾਈ ਜੀ, ਬਹੁਤ ਬਹੁਤ ਧੰਨਵਾਦ।